ਮੈਂ ਡਾਕਟਰ ਗੁਰਜੀਤ ਸਿੰਘ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੋ ਕਿਸਾਨ ਮੋਰਚੇ ਦਾ ਸੰਭਾਵਨਾ ਮਿਸ਼ਨ ਚੱਲ ਰਿਹਾ ਤੇ ਅੱਜ ਮੇਰੇ ਨਾਲ ਨੇ ਸਰਦਾਰ ਪਾਲ ਸਿੰਘ ਜੀ ਔਰ ਸਰਦਾਰ ਬਲਦੇਵ ਸਿੰਘ ਜੀ ਔਰ ਜਸਵੀਰ ਸਿੰਘ ਜੀ ਔਰ ਸਰਦਾਰ ਮੋਹਨ ਸਿੰਘ ਜੀ ਭਰਪੂਰ ਸਿੰਘ ਜੀ ਔਰ ਬਾਸਰ ਸਾਹਿਬ ਮੇਰੇ ਜਿਹੜੇ ਸਹਿਯੋਗੀ ਹੈ ਔਰ ਰਵੀ ਜਿਹੜਾ ਵੀਡੀਓ ਬਣਾ ਰਿਹਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੰਭਾਵਨਾ ਮਿਸ਼ਨ ਜਿਹੜਾ ਜਿਹੜੇ ਲੋਕ ਇੱਥੇ ਅੰਦੋਲਨ ਕਰ ਰਹੇ ਉਹਨਾਂ ਵਾਸਤੇ ਔਰ ਚੇਚੇ ਤੌਰ ਤੇ ਜਿਹੜੇ ਆਸੇ ਪਾਸੇ ਹਰਿਆਣੇ ਦਿੱਲੀ ਦੇ ਲੋਕ ਆ ਜਿਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾ ਰਿਹਾ। ਇਹਦੇ ਵਿੱਚ ਵੀਰਵਾਰ ਯਾਨੀ ਬ੍ਰਹਿਸਪਤੀਵਾਰ ਸ਼ੁੱਕਰਵਾਰ ਸ਼ਨੀਵਾਰ ਤਿੰਨ ਤਿੰਨ ਅੱਖਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਔਰ ਅੱਖਾਂ ਦੇ ਆਪਰੇਸ਼ਨ ਕਰਾਏ ਜਾਂਦੇ ਔਰ ਪੜ੍ਹਨ ਵਾਲੀਆਂ ਅੱਖਾਂ ਦਿੱਤੀਆਂ ਜਾਂਦੀਆਂ। ਫਿਰ ਐਤਵਾਰ ਨੂੰ ਯਾਨੀ ਰਵੀਵਾਰ ਮੈਗਾ ਹਾਰਟ ਚੈੱਕਅਪ ਅਤੇ ਮੈਡੀਕਲ ਕੈਂਪ ਹੁੰਦਾ ਜਿਹਦੇ ਵਿੱਚ ਸਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਕਿਸੇ ਨੂੰ ਕੋਈ ਸਾਹ ਦੀ ਬਿਮਾਰੀ ਆ ਦਿਲ ਦੀ ਬਿਮਾਰੀ ਆ ਪੇਟ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦੀ ਚੈੱਕਅਪ ਕਰਕੇ ਸ਼ੂਗਰ ਦੀ ਜਾਂਚ ਕਰਕੇ ECG ਕਰਕੇ ਉਹਨਾਂ ਨੂੰ ਸਾਰੀਆਂ ਦਿਲ ਦੀਆਂ ਅਤੇ ਹੋਰ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ। ਸੋ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਇਹ ਵੀਡੀਓ ਦੇਖਦਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਜਿਹੜਾ ਸਿਹਾ ਹੈ ਘਰ ਘਰ ਤੱਕ ਪਹੁੰਚਾਓ। ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਖਾਲਸਾ ਏਡ, ਇਹ ਖਾਲਸਾ ਏਡ ਸੰਸਥਾ ਵੱਲੋਂ ਲੋਕਾਂ ਦੇ ਜਿਹੜੇ ਆਪਰੇਸ਼ਨ ਹੈ ਉਹ ਬਿਲਕੁਲ ਫ੍ਰੀ ਕਰਵਾਏ ਜਾ ਰਹੇ, ਉਹਦਾ ਸਾਰਾ ਖਰਚਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਜਿਹੜੀ ਅਹਿਲਕਾਰ ਦੀ ਸੇਵਾ ਹੈਗੀ ਆ ਇਹ ਡਿਵਾਈਨ ਓਕਾਰ ਮਿਸ਼ਨ ਜਿਹੜੇ ਸਾਡੇ ਭਰਾ ਇੰਗਲੈਂਡ 'ਚ ਰਹਿੰਦੇ ਉਹਨਾਂ ਵੱਲੋਂ ਕੀਤੀ ਜਾ ਰਹੀ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਸੰਯੁਕਤ ਕਿਸਾਨ ਮੋਰਚੇ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਹ ਸੇਵਾ ਦੇਣ ਵਾਸਤੇ ਅਤੇ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ। ਤੁਹਾਡੇ ਸਾਰਿਆਂ ਦੇ ਆਪਰੇਸ਼ਨ ਅੱਜ ਹੋਣੇ ਆ ਜੀ, ਤੁਹਾਡਾ ਮੈਡੀਕਲ ਚੈੱਕਅਪ ਹੋ ਗਿਆ ਸਾਰਾ ਜੀ, ਬਲੱਡ ਪ੍ਰੈਸ਼ਰ ਸ਼ੂਗਰ ਟੈਸਟ ਹੋ ਗਿਆ, ਦਵਾਈ ਪੈ ਰਹੀ ਹੈ, ਹੁਣੇ ਐਂਬੂਲੈਂਸ ਆ ਰਹੀ ਹੈ ਜੀ। ਜਿਹੜੀ ਕਿ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਉਹ ਤੁਹਾਨੂੰ ਦਿੱਲੀ ਲੈ ਕੇ ਜਾਣਗੇ, ਆਪਰੇਸ਼ਨ ਕਰਾ ਕੇ ਲੈ ਕੇ ਆਉਣਗੇ। ਤੁਹਾਡਾ ਆਪਰੇਸ਼ਨ ਹੋ ਗਿਆ ਜੀ? ਹੋ ਗਿਆ ਜੀ, ਬਿਲਕੁਲ ਠੀਕ ਹੋ ਗਿਆ, ਕੋਈ ਤਕਲੀਫ ਤਾਂ ਨਹੀਂ ਹੈ, ਦਵਾਈ ਐਨਕਾਂ ਆਪਰੇਸ਼ਨ ਸਾਰਾ ਕੁਛ ਫ੍ਰੀ ਹੋਇਆ ਨਾ ਜੀ? ਇਹ ਜਿਹੜੀ ਸਾਰੀ ਸੇਵਾ ਹੈਗੀ ਹੈ ਇਹ ਖਾਲਸਾ ਏਡ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਸੋ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੁਹਾਡਾ ਭਾਈ ਸਾਹਿਬ ਬਲੱਡ ਪ੍ਰੈਸ਼ਰ ਜ਼ਿਆਦਾ, ਸ਼ੂਗਰ ਜ਼ਿਆਦਾ ਹੈ ਨਾ ਜੀ? ਅੱਜ ਮੈਂ ਚੇਚੇ ਤੌਰ ਤੇ ਦੱਸਣਾ ਚਾਹੁੰਦਾ ਕਿ ਸਾਡੇ ਕੋਲ 9 ਪੇਸ਼ੈਂਟ ਸੀਗੇ ਜੀ, 9 ਦੇ ਵਿੱਚੋਂ 2 ਦਾ ਬਲੱਡ ਪ੍ਰੈਸ਼ਰ ਜ਼ਿਆਦਾ ਅਤੇ 1 ਦੀ ਸ਼ੂਗਰ ਬਹੁਤ ਜ਼ਿਆਦਾ। ਸੋ ਤੁਸੀਂ ਕਹਿ ਲਓ ਕਿ ਜਿਹੜੇ 30% ਮਰੀਜ਼ ਹੈ ਉਹਨਾਂ ਦੀ ਜਾਂ ਸ਼ੂਗਰ ਬਹੁਤ ਜ਼ਿਆਦਾ ਜਾਂ BP ਬਹੁਤ ਜ਼ਿਆਦਾ, ਇਹ ਇੱਕ ਰਿਸਕ ਫੈਕਟਰ ਵੀ ਆ, ਮਤਲਬ ਖਤਰੇ ਦੀ ਘੰਟੀ ਵੀ ਆ, ਚਾਹੇ ਆਪਾਂ ਹਾਰਟ ਅਟੈਕ ਦੀ ਗੱਲ ਕਰ ਲਈਏ, ਚਾਹੇ ਆਪਾਂ ਲਕਵੇ ਦੀ ਗੱਲ ਕਰ ਲਈਏ, ਚਾਹੇ ਆਪਾਂ ਕੋਰੋਨਾ ਦੀ ਗੱਲ। ਇੱਕ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ ਕਿ ਪਹਿਲਾਂ ਇੱਥੇ ਪ੍ਰੋਬਲਮ ਨਹੀਂ ਸੀ, ਮੈਂ 8.5 ਮਹੀਨੇ ਤੋਂ ਸੇਵਾ ਕਰ ਰਿਹਾ, ਪਰ ਹੁਣ ਕਿਉਂਕਿ ਬਹੁਤ ਦੂਰ ਦੂਰ ਸੰਗਤ ਆ ਰਹੀ ਆ ਜੀ, ਪਿੱਛੇ ਤਾਮਿਲਨਾਡੂ ਤੋਂ ਬਹੁਤ ਸੰਗਤ ਆਈ ਸੀ, ਉਹ ਕਈ ਵਾਰੀ ਕੋਈ ਜਿਹੜਾ ਪਰਟੀਕੁਲਰ ਸਟੇਟ ਹੁੰਦਾ ਬਿਮਾਰੀ ਦਾ ਉਸ ਸਟੇਟ 'ਚ ਹੁੰਦਾ, ਪਰ ਉਹ ਦੂਜੀ ਸਟੇਟ 'ਚ ਨਹੀਂ ਹੁੰਦਾ। ਪਹਿਲਾਂ ਇੱਥੇ ਪੰਜਾਬ ਹਰਿਆਣੇ ਦੇ ਬੰਦੇ ਸੀ, ਕਿਉਂਕਿ